हाँ जी दोस्तों, सब तो पहले तो प्यार भरी सत श्री अकाल जी। दोस्तों कुछ क समा पहला असी थोनू साबका पुलिस अफसर साबका थानेदार सतपाल सिंह गिल होरां दी एक छोटी जी क्लिप सुनाई सी, जिस विच ओह महान गायक जोड़ी अमर सिंह चमकीला ते बीबा अमरजोत जी दे होए दर्दनाक कतलकांड बारे विशेष तौर ते जानना पा रहे सी, जिस विच उन्हां ने नाम लैके एक शख्स का खुलासा किया सी कि किवें ओह शख्स जिसका कि नाम लवशिंदर सिंह डल्लेवाल है चमकीले होरां तो पैसे मंगदा सी, उन्हें नहीं दिते ते इस कारण उन्हां नूं मौत दे घाट उतार दिता गया। चमकीले दा कतल एक फरौती दा कतल सी, उन्हें नहीं दिती जो जो सिद्धू नाल हो रहा सी उही चमकीले नाल उस वेले हो रहा सी। लवशिंदर सिंह डल्लेवाल बैठा है ये तो पैसे मंगदा सी, उन्हें नहीं दिती, इन्हां ने फरवाता ना। मैं दलेरी नाल गल कही जो कह के दिखावे। दोस्तों इसे मसले नूं अगे तोरदे हुए उन्हां दी इक होर गलबात वीडियो राही निकल के बाहर आई है। इस गलबात जिथे उन्होंने अमर सिंह चमकीला जी ते इस कतलकांड बारे उन्हां तो बाद जिहड़ा उन्हां दा छोटा बच्चा सी जिहड़ा कि सिर्फ 22 दिनां दा सी, किवें ओह बच्चा अपनी माँ दे दुध तो बिना बिलक बिलक के पूरा हो जाता है। इस दे नाल नाल उन्होंने चमकीला साहब की लेखनी नूं भी काफ़ी तरजीह दिंदे हुए यह दस्या है कि दरदार संधु ਅਤੇ ਚਮਕੀਲਾ ਸਾਹਿਬ ਦੀ ਲੇਖਣੀ ਕਾਫੀ ਹੱਦ ਤੱਕ ਮਿਲਦੀ ਜੁਲਦੀ ਹੈ। ਤੇ ਆਜੋ ਦੋਸਤੋ ਅੱਜ ਸਾਰੀ ਗੱਲਬਾਤ ਤੁਹਾਨੂੰ ਸਤਪਾਲ ਸਿੰਘ ਗਿੱਲ ਹੋਰਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਇਸ ਬਾਰੇ ਆਪਣੇ ਵਿਊ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਆਜੋ ਸ਼ੁਰੂ ਕਰਦੇ ਹਾਂ। ਲੈ ਮੈਂ ਤੁਹਾਨੂੰ ਕਹਿ ਦਿੰਦਾ, ਚਮਕੀਲੇ ਦਾ ਕਤਲ ਇੱਕ ਫਰੌਤੀ ਦਾ ਕਤਲ ਸੀ, ਉਹਨੇ ਨਹੀਂ ਦਿੱਤੀ ਜੋ ਜੋ ਸਿੱਧੂ ਨਾਲ ਹੋ ਰਿਹਾ ਸੀ ਉਹੀ ਚਮਕੀਲੇ ਨਾਲ ਉਸ ਵੇਲੇ ਹੋ ਰਿਹਾ ਸੀ। ਲਵਸ਼ਿੰਦਰ ਸਿੰਘ ਡੱਲੇਵਾਲ ਬੈਠਾ ਇਹ ਉਹ ਤੋਂ ਪੈਸੇ ਮੰਗਦਾ ਸੀ, ਉਹਨੇ ਨਹੀਂ ਦਿੱਤੀ, ਇਹਨਾਂ ਨੇ ਫਰਵਾਤਾ ਨਾ। ਮੈਂ ਦਲੇਰੀ ਨਾਲ ਗੱਲ ਕਹੀ ਜੋ ਕਹਿ ਕੇ ਦਿਖਾਵਾਂ, ਸਬੂਤ ਦੇਊਂਗਾ ਉਦੋਂ ਅੱਗੇ ਚਮਕੀਲੇ ਦਾ ਕਤਲ, ਕਿਉਂਕਿ ਅਮਰਜੋਤ ਦਾ ਘਰ ਜਿੱਥੇ ਮੇਰਾ ਫਰੀਦਕੋਟ ਮੈਂ ਰਹਿੰਦਾ ਸੀ, ਮੇਰੇ ਤੋਂ ਤੀਜਾ ਘਰ ਹੈ। ਜਿੱਦਣ ਉਹ ਮਾਰੀ ਹੈ ਤਾਂ ਕਹਿੰਦੇ ਨਾ ਸਿੱਖ ਕਿਸੇ ਔਰਤ 'ਤੇ ਹੱਥ ਨਹੀਂ ਚੱਕਦਾ, ਦੁਸ਼ਮਣਾਂ ਦੀਆਂ ਵੀ ਘਰ ਛੱਡ ਕੇ ਆਉਂਦੇ ਆ। ਜਿਸ ਦਿਨ ਇਹਨਾਂ ਨੇ ਮਾਰੀ ਹੈ ਉਸ ਦਿਨ ਉਹਦਾ ਵੱਡਾ ਮੁੰਡਾ ਜਿਹੜਾ ਦੀਪੂ ਆ, ਜਿਹੜਾ ਜੈਮਨ ਚਮਕੀਲਾ ਜੀ ਨੂੰ ਕਹਿੰਦੇ ਹੁਣ ਤੁਸੀਂ, ਉਹ ਦੀਪੂ ਹੈ। ਸਾਨੂੰ ਪਤਾ ਉਹਦੇ ਨਾਨੇ ਨਾਨੀ ਨੇ ਉਹ ਬੱਚਾ ਕਿਵੇਂ ਪਾਲਿਆ। ਜਿੱਦੇ ਅਮਰਜੋਤ ਮਰਦੀ ਹੈ, ਦੂਜਾ ਬੱਚਾ ਸ਼ਾਇਦ ਉਹਦਾ ਮੇਰੇ ਖਿਆਲ 3.5 ਮਹੀਨੇ ਦਾ ਸੀ, ਦੀਪੂ ਤੋਂ ਛੋਟਾ ਜਿਹੜਾ ਸੀਗਾ। ਉਹ ਬੱਚਾ ਅਮਰਜੋਤ ਦਾ ਦੁੱਧ ਮਾਂ ਦਾ ਦੁੱਧ 'ਤੇ ਲੱਗਾ ਸੀ, ਉਹਨੂੰ ਹੋਰ ਦੁੱਧ ਫਿੱਟ ਨਹੀਂ ਆਇਆ। ਉਹ ਬੱਚਾ ਕਿਵੇਂ ਵਿਲਕ ਵਿਲਕ ਕੇ ਮਰਿਆ ਉਹ ਵੀ ਤੁਹਾਨੂੰ ਮੈਂ ਦੱਸੂ, ਕਿਉਂਕਿ ਅਮਰਜੋਤ ਦਾ ਭਰਾ ਮੇਰੇ ਨਾਲ ਡਿਊਟੀ ਕੀਤੀ ਹੈ, ਉਹ ਸਾਡੇ ਮਹਿਕਮੇ 'ਚ ਸੀ, ਸਰਦਾਰ ਬਲਵੀਰ ਸਿੰਘ ਇੰਸਪੈਕਟਰ ਰਿਟਾਇਰ ਹੋਏ ਨੇ, ਉਹ ਬੂਟਾ ਗੱਪੀ ਚਮਕੀਲੇ ਦਾ ਸਾਡੂ, ਸਾਡੇ ਚੰਗੇ ਲਿੰਕ ਰਹੇ, ਪਰਿਵਾਰਕ ਲਿੰਕ ਰਹੇ, ਕਿਉਂਕਿ ਗੁਆਂਢੀ ਸੀ ਸਾਡੇ। ਅਤੇ ਡੱਲੇਵਾਲ ਜਿਹੜਾ ਲਵਸ਼ਿੰਦਰ, ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਠੀਕ ਹੈ? ਤੁਸੀਂ ਉਹ ਲੋਕ ਹੋ ਤਾਂ ਉੱਟ ਪੁੜਾ ਕਰਕੇ ਤੇ ਉੱਥੋਂ ਭੱਜ ਕੇ ਜਾ ਕੇ ਇੰਗਲੈਂਡ ਉੱਥੇ ਬਹਿ ਗਏ ਆ, ਇੱਥੇ ਆ ਕੇ ਲੜੋ ਨਾ ਲੜਾਈ ਜਿਹੜੀ ਲੜਨੀ। ਅਤੇ ਸੱਚ ਬੋਲ ਖਾਂ, ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਦੱਸ ਦੀਪਾ ਕਿੱਥੇ ਮਰਿਆ ਹੀਰਾ ਵਾਲਾ, ਤੈਨੂੰ ਮੈਂ ਦੱਸੂ। ਜਰਨਲ ਲਾਭ ਸਿੰਘ ਤੁਹਾਡਾ ਖੱਡੇ ਪਿੰਡ ਦੀ ਬੁੜੀ ਨਾਲ ਕੀ ਸੰਬੰਧ ਸੀ ਤੁਹਾਨੂੰ ਉਹ ਦੱਸੂ। ਬੀਬੀ ਜਵਾਹਰ ਕੌਰ ਦਾ ਸੁਖਦੇਵ ਸਿੰਘ ਬੱਬਰ ਨਾਲ ਕੀ ਸੰਬੰਧ ਸੀ, ਪਹਿਲੀ ਔਰਤ ਦੇ ਹੁੰਦਿਆਂ ਹੋਇਆਂ, ਪਹਿਲੇ ਬੱਚਿਆਂ ਦੇ ਹੁੰਦਿਆਂ ਹੋਇਆਂ, ਸੁਣਨ ਵਾਲੇ ਬਣਿਓ। ਅਤੇ ਸੰਧੂ ਸਾਹਿਬ ਦੀ ਲੇਖਣੀ ਤੇ ਚਮਕੀਲੇ ਦੀ ਲੇਖਣੀ ਤਕਰੀਬਨ ਇੱਕੋ ਜਿਹੀ ਆ, ਪਰ ਥੋੜ੍ਹਾ ਜਿਹਾ ਫਰਕ ਹੈ। ਚਮਕੀਲੇ ਨੇ ਵੀ ਬੜੇ ਮੁਹਾਵਰੇ ਆਪਦੇ ਗੀਤਾਂ 'ਚ, ਹੁਣ ਇਹ ਦੋ ਘਟਨਾ ਚਮਕੀਲੇ ਨਾਲ ਵੀ ਜੁੜਦੀ ਹੈ ਅਤੇ ਸੰਧੂ ਸਾਹਿਬ ਨਾਲ ਵੀ ਜੁੜਦੀ ਹੈ, ਇੰਨੀ ਗੱਲ ਕਹਿ ਕੇ ਆਪਾਂ ਵੀਡੀਓ ਖਤਮ ਕਰਾਂਗੇ। ਉਸ ਤੋਂ ਬਾਅਦ ਦਿਦਾਰ ਸੰਧੂ ਦੀ ਜੋੜੀ ਟੁੱਟ ਜਾਂਦੀ ਹੈ ਅਮਰ ਨੂਰੀ ਦੇ ਨਾਲ, ਅਤੇ ਕਹਿੰਦੇ ਵੀ ਬੜੇ ਗਾਇਕਾਂ ਨੇ ਅਮਰ ਨੂਰੀ ਨਾਲ ਜੋੜੀ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਪਿਤਾ ਜੀ ਸਾਗਰ ਸਾਹਿਬ ਨੂੰ ਬਹੁਤ ਅਪਰੋਚ ਕੀਤੀ, ਵੀ ਉਸ ਵੇਲੇ ਜਿੰਨੇ ਵੀ ਮਸ਼ਹੂਰ ਕਲਾਕਾਰ ਸੀ ਇਹ ਕਹੇ ਸੀ ਵੀ ਦਿਦਾਰ ਨੂੰ ਵੀ ਨੀਵਾਂ ਵੀ ਦਿਖਾ ਦਿਆਂਗੇ ਅਤੇ ਨਾਲੇ ਕਹਾਂਗੇ ਸਾਡੇ ਨਾਲ ਨੂਰੀ, ਕਿਉਂਕਿ ਬਹੁਤ ਸੁਪਰ ਹਿੱਟ ਕਲਾਕਾਰ ਸੀ, ਉਸ ਵੇਲੇ ਸਿੱਖੀ ਹੋਈ ਸੀ ਗਾਇਕੀ ਬਹੁਤ, ਮਤਲਬ ਉਹਨਾਂ ਦੇ ਪਿਤਾ ਜੀ ਇੱਕ ਬਹੁਤ ਵੱਡੇ ਉਸਤਾਦ ਲੋਕ ਸਨ। ਅਤੇ ਉਹਨਾਂ ਨੇ ਨੂਰੀ ਨੇ ਜਿਹੜੀ ਗੱਲ ਕਹੀ, ਉਹ ਕਹਿੰਦੀ ਵੀ ਮੈਂ ਦਿਦਾਰ ਸੰਧੂ ਦੇ ਰੁਤਬੇ ਨੂੰ ਜਾਣਦੀ, ਮੈਂ ਕਿਸੇ ਹੋਰ ਨਾਲ ਜੋੜੀ ਨਹੀਂ ਬਣਾਉਣੀ, ਚਾਹੇ ਮੈਨੂੰ ਘਰੇ ਬਹਿਣਾ ਮਨਜ਼ੂਰ ਹੈ, ਅਤੇ ਮੈਂ ਲੁਧਿਆਣੇ ਦੇ ਵਿੱਚ ਕਿਸੇ ਹੋਰ ਗਾਇਕ ਨਾਲ ਜੋੜੀ ਬਣਾ ਕੇ ਦਿਦਾਰ ਸੰਧੂ ਦਾ ਕੱਦ ਵੀ ਨਹੀਂ ਨੀਵਾਂ ਕਰਨਾ ਅਤੇ ਦਿਦਾਰ ਸੰਧੂ ਦਾ ਸ਼ਮਲਾ ਵੀ ਨਹੀਂ ਨੀਵਾਂ ਹੋਣ ਦੇਣਾ। ਅਤੇ ਵੀਰੋ ਜਦੋਂ ਅਮਰਜੋਤ ਕੁਲਦੀਪ ਮਾਣਕ ਦੇ ਨਾਲੋਂ ਜੋੜੀ ਟੁੱਟ ਗਈ ਅਮਰਜੋਤ ਦੀ, ਅਤੇ ਉਹ ਚਮਕੀਲੇ ਨਾਲ ਚਲੀ ਜਾਂਦੀ ਆ। ਅਤੇ ਇਹ ਵਿੱਚੋਂ ਛੋਟੀ ਜਿਹੀ ਗੱਲ ਫਿਰ ਕਹਿੰਦੇ ਵੀ ਨੂਰੀ ਦੀ ਜਿਹੜੀ ਜੋੜੀ ਬਣੀ ਸਰਦੂਲ ਸਿਕੰਦਰ ਨਾਲ ਬਣੀ, ਲੁਧਿਆਣੇ ਤੋਂ ਬਾਹਰ ਬਣੀ ਖੰਨੇ, ਅਤੇ ਉਸੇ ਨਾਲ ਹੀ ਉਹਨਾਂ ਨੇ ਵਿਆਹ ਕਰਾਇਆ ਔਰ ਸਫਲ ਜ਼ਿੰਦਗੀ ਆਪਦੀ ਜਿਉਂਦੇ ਰਹੇ। ਹੁਣ ਵੀ ਨੂਰੀ ਜੀ ਨੂੰ ਰੱਬ ਉਮਰ ਦਰਾਜ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ।
ਤੇ ਅਮਰਜੋਤ ਜਦੋਂ ਚਮਕੀਲੇ ਨਾਲ ਕਹਿੰਦੇ ਆ ਗਈ ਤੇ ਮਾਨਕ ਨੂੰ ਵੀ ਇਹ ਬੜਾ ਸੀ ਵੀ ਮੇਰੀ ਛੱਡੀ ਹੋਈ ਅਮਰਜੋਤ ਤੇ ਕਿਸੇ ਨਾਲ ਨਹੀਂ ਜਾਊਗੀ। ਤੇ ਜਦੋਂ ਚਮਕੀਲੇ ਨਾਲ ਚਲੀ ਗਈ ਤੇ ਕਹਿੰਦੇ ਮਾਨਕ ਨੇ ਇੱਕ ਤਾਨਾ ਮਾਰਿਆ ਸੀ ਵੀ ਮੇਰਾ ਸਿਰ ਵੀ ਨੀਵਾਂ ਹੋ ਗਿਆ ਤੇ ਮੇਰਾ ਸ਼ਮਲਾ ਵੀ ਨੀਵਾਂ ਹੋ ਗਿਆ। ਉਹ ਗਾਂ ਅੱਗੇ ਜਾ ਕੇ ਗੱਲ ਚਮਕੀਲੇ ਦੇ ਕਤਲ ਨਾਲ ਵੀ ਜੁੜੀ, ਉਹ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਹੁਣ ਆਪਾਂ ਆਉਂਦੇ ਹਾਂ ਅੱਗੇ ਅੱਜ ਦੇ ਕਲਾਕਾਰਾਂ ਦੇ ਵਿੱਚ ਜੋ ਲਾਲਚ ਇੰਨਾ ਵੱਧ ਗਿਆ ਤੇ ਉਹਨਾਂ ਦੇ ਵਿੱਚ ਕੋਈ ਨਿਮਰਤਾ ਵਾਲੀ ਗੱਲ ਹੀ ਹੈ। ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸਟੇਜਾਂ ਦੇ ਉੱਤੋਂ, ਤੇਰੇ ਜੀਜੇ ਆ ਗਏ, ਤੇਰੇ ਪਾਨੇ ਆ ਗਏ, ਅੱਗੋਂ ਫਿਰ ਦੂਜਾ ਜਵਾਬ ਦਿੰਦਾ ਬਾਂਹ ਪਾ ਦਿਆਂਗੇ, ਬਗਾਨੇ ਪੁੱਤ ਫਿਰ ਅਸਲਾਂ ਨਹੀਂ ਚੱਕਣ ਦਿੰਦੇ, ਆ ਇਹ ਕੋਈ ਗਾਇਕੀ ਥੋੜ੍ਹੀ ਹੈ ਜੀ। ਅਤੇ ਗਾਂ ਫਿਰ ਉਹਨਾਂ ਦੇ ਸਰੋਤੇ ਵੀ ਉਹੋ ਜਿਹੇ, ਉਹ ਸਿਰ ਪਾੜੀ ਜਾਂਦੇ ਇੱਕ ਦੂਜੇ ਦੇ, ਤੂੰ ਮੇਰੇ ਉਸਤਾਦ ਨੂੰ ਐਂ ਕਹਿਤਾ, ਤੂੰ ਮੇਰੇ ਉਸਤਾਦ ਨੂੰ ਐਂ ਕਹਿਤਾ, ਨੌਜਵਾਨੋ ਤੁਸੀਂ ਕਿੱਧਰ ਨੂੰ ਜਾ ਰਹੇ ਹੋ? ਤੁਹਾਡੇ ਆਈਡਲ ਤਾਂ ਸਾਹਿਬਜ਼ਾਦੇ ਹੋਣੇ ਚਾਹੀਦੇ, ਤੁਹਾਡਾ ਆਈਡਲ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਚਾਹੀਦਾ। ਗਾਇਕੀ ਵਰਗੇ ਖੇਤਰ ਦੇ ਵਿੱਚ ਤੁਹਾਡੇ ਆਈਡਲ ਪ੍ਰੋਫੈਸਰ ਮੋਹਨ ਸਿੰਘ, ਸਰਦਾਰ ਦਰਦਾਰ ਸਿੰਘ ਸੰਧੂ ਜੀ ਵਰਗੇ ਸਤਿਕਾਰਯੋਗ ਲੋਕ ਹੋਣੇ ਚਾਹੀਦੇ, ਢਾਡੀ ਅਮਰ ਸਿੰਘ ਸ਼ੌਂਕੀ ਵਰਗੇ ਹੋਣੇ ਚਾਹੀਦੇ।